ਚੈੱਕ ਕਰਾਉਣਾ ਅਸੀਂ ਡਿਸਾਈਡ ਨਹੀਂ ਕਰ ਸਕਦੇ ਚੈੱਕ ਕਰਾਉਣਾ ਹਾਲਾਂਕਿ ਸਾਨੂੰ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਕਿ ਅਸੀਂ ਡਿਸਾਈਡ ਕਰ ਸਕੀਏ ਕਿ ਸਿੱਖ ਤੂੰ ਹੈਗਾ ਜਾਂ ਤੂੰ ਨਹੀਂ ਹੈਗਾ ਇਹਦਾ ਫੈਸਲਾ ਸਿਰਫ ਗੁਰੂ ਸਾਹਿਬ ਕਰ ਸਕਦੇ ਆ ਅਤੇ ਸਾਨੂੰ ਉਹਨਾਂ 'ਤੇ ਹੀ ਛੱਡ ਦੇਣਾ ਚਾਹੀਦਾ ਪਰ ਤੁਸੀਂ ਪਿਛਲੇ ਸਮੇਂ ਦੇਖਿਆ ਹੋਊਗਾ ਕਿਹੋ ਜਿਹੇ ਫੈਸਲੇ ਹੋਏ ਆ ਇਹਦੀ ਪ੍ਰੋਬਲਮ ਸਿਰਫ ਇੱਕੋ ਇੱਕ ਆ ਕਿ ਜਿੱਦਾਂ ਜੇ ਸਾਡਾ ਆਪਣਾ ਇੱਕ ਦੂਜੇ ਨਾਲ ਬਖੇਵਾ ਰਹੂਗਾ ਉਹਨਾਂ 'ਚ ਇਹ ਪ੍ਰੋਬਲਮ ਰਹਿਣੀ ਰਹਿਣੀ ਇਹ ਬਖੇਵਾ ਕੀ ਹੈ ਕਿ ਜਿਹੜਾ ਇੱਕ ਮੋਨਾ ਸਿੱਖ ਆ ਉਹ ਕਹਿੰਦਾ ਮੈਂ ਸਿੱਖ ਹਾਂ ਜਿਹਨੇ ਪਾਗਬੰਦੀ ਆ ਉਹ ਕਹਿੰਦਾ ਮੈਂ ਸਿੱਖ ਹਾਂ ਜਿਹਨੇ ਅੰਮ੍ਰਿਤ ਛਕਿਆ ਉਹ ਕਹਿੰਦਾ ਮੈਂ ਥੋੜ੍ਹਾ ਜ਼ਿਆਦਾ ਸਿੱਖ ਹਾਂ ਜਿਹਨੇ ਮੋਢੇ 'ਤੇ ਦੇ ਕੇ ਪੌੜੀ ਸਾਹਿਬ ਟੰਗੀ ਆ ਉਹ ਕਹਿੰਦਾ ਮੈਂ ਜ਼ਿਆਦਾ ਸਿੱਖ ਹਾਂ ਸੋ ਜਿਹਨਾਂ ਚਿਰ ਸਾਡੀ ਪ੍ਰੋਬਲਮ ਖਤਮ ਨਹੀਂ ਹੁੰਦੀ ਇਹ ਪ੍ਰੋਬਲਮ ਸਾਡੇ ਗਰਾਊਂਡ ਲੈਵਲ 'ਤੇ ਆ ਸਾਡੇ ਗੁਰੂ ਘਰ 'ਚ ਵੀ ਆ ਉਹ ਨਾ ਗੁਰਾਂ 'ਚ ਵੀ ਆ ਜਿਹੜਾ ਮੇਰੇ ਨਾਲ ਸਿੱਖ ਬੈਠਾ ਮੇਰੇ ਨਾਲ ਦਰਬਾਰ ਬੈਠਾ ਉਹ ਮੈਨੂੰ ਸਿੱਖ ਨਹੀਂ ਮੰਨਦਾ ਮੈਂ ਉਹਨੂੰ ਸਿੱਖ ਨਹੀਂ ਮੰਨਦਾ ਸੋ ਜਦੋਂ ਸਾਨੂੰ ਇੱਕ ਮੁਸ਼ਕਿਲ ਆਉਂਦੀ ਸਿੱਖ ਨੂੰ ਦੂਜੇ ਸਿੱਖ ਦੇ ਨਾਲ ਅਤੇ ਕਿੱਦਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹ ਤੁਹਾਡੀ ਹਮਦਾਰ ਦੇ ਆਊਗਾ ਫਿਰ ਇਹੀ ਗੱਲ ਛੋਟੇ ਲੈਵਲ ਤੋਂ ਥੋੜ੍ਹੀ ਅੱਗੇ ਵੱਧਦੀ ਆ ਸਾਡੇ ਧਾਰਮਿਕ ਜਿਹੜੇ ਲੀਡਰ ਆ ਉਹਨਾਂ ਕੋਲ ਪਹੁੰਚਦੀ ਹੈ ਅਤੇ ਜਦੋਂ ਉਹਨਾਂ ਕੋਲ ਪਹੁੰਚਦੀ ਆ ਉਹ ਆਪਣੇ ਕਿਸੇ ਮੋਰਫ ਨੂੰ ਮੋਹਰੇ ਰੱਖ ਕੇ ਫੈਸਲੇ ਦੇ ਸੁਣਾਉਣਾ ਸ਼ੁਰੂ ਕਰ ਦਿੰਦੇ ਸੰਗਤ ਨੂੰ ਕਿ ਤੂੰ ਸਿੱਖ ਨਹੀਂ ਆ ਕਲ ਕਿਹੜੀ ਕਿਹੜੀ ਸ਼ਕਲ ਕਿਹੜੇ ਬਾਪ ਨਾਲ ਮਿਲਦੀ ਨਹੀਂ ਹੈਗੀ ਤੂੰ ਬਾਹਰ ਕੱਢਿਆ ਆ ਤੂੰ ਸ਼ੇਅਰ ਕਰ ਲੈ ਦੂਸਰੇ ਨੂੰ ਵੀ ਤੂੰ ਟ੍ਰੈਂਡ ਕਰ ਲੈ ਇਹੀ ਪਾਣੀ ਦਾ ਬੀਜਿਆ ਜੀ ਵੀ ਸੁਣਾਇਆ ਕਿ ਤੁਸੀਂ ਸਿੱਖ ਨਹੀਂ ਹੈਗੇ ਉਹਨਾਂ ਦੇ ਹਿਸਾਬ ਨਾਲ ਸਿੱਖ ਜਿਹਨੇ ਨਿੱਜੀ ਪਾਗਬੰਦੀ ਉੱਪਰ ਦੀ ਗੱਲ ਕਰਵਾਇਆ ਉਹਨੂੰ ਉਹ ਸਿੱਖ ਮੰਨ ਦਿੰਦੇ ਆ ਅਤੇ ਜੇ ਕੋਈ ਮੇਰੇ ਵਰਗਾ ਹੋਰ ਪੈਰ ਕਰਦਾ ਕਿ ਇਹ ਫੇਅਰ ਨਹੀਂ ਹੈਗਾ ਮੇਰੇ ਨਾਲ ਤੁਹਾਡਾ ਜਿਹੜਾ ਫੈਸਲਾ ਸਹੀ ਹੈ ਅਤੇ ਮਾਮਲਾ ਗੋਲ ਹੋ ਜਾਂਦਾ ਜਦੋਂ ਇਹ ਗੱਲ ਕੋਰਟ ਜਾਂਦੀ ਆ ਅਤੇ ਉਹ ਵੀ ਸਾਡੇ ਘਰ ਜਿਹੜੇ ਲੀਡਰ ਆ ਉਹ ਇਸ ਆਮ ਸਿੱਖ ਦੇ ਪੈਸੇ ਨੂੰ ਵਰਤ ਕੇ ਝਾੜੇ ਨੂੰ ਵਰਤ ਕੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਵਕੀਲ ਹਾਇਰ ਕਰਕੇ ਇੱਕ ਆਮ ਸਿੱਖ ਦੇ ਖਿਲਾਫ਼ ਹੀ ਫਿਰ ਫੈਸਲਾ ਸੁਣਾ ਦਿੰਦੇ ਆ ਕਿ ਤੂੰ ਸਿੱਖ ਨਹੀਂ ਆ ਜੱਜ ਕਹਿੰਦਾ ਠੀਕ ਆ ਮੈਨੂੰ ਪਤਾ ਤੂੰ ਬਾਹਰ ਰੱਖ ਲਿਆ ਦਾੜੀ ਵੀ ਰੱਖ ਲਈ ਆ ਪੱਗ ਵੀ ਬੰਨ੍ਹ ਆ ਪਰ ਸੌਰੀ ਮਿਸਟਰ ਸਿੰਘ ਯੂ ਆਰ ਡੂਇੰਗ ਇਟ ਟੂ ਲੇਟ ਕਿ ਹੁਣ ਅਸੀਂ ਜਿਹੜਾ ਸਹਿਜਦਾਰੀ ਵਾਲਾ ਖਾਣਾ ਸੀਗਾ ਉਹ ਚੱਕ ਦਿੱਤਾ ਸੋ ਉਹ ਮੈਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦਿੰਦੇ ਆ ਸੋ ਮੈਂ ਸੋਚਦਾ ਮੇਰੀ ਆਪਣੀ ਸੋਚ ਹੈ ਕਿ ਇਹ ਫੈਸਲਾ ਸਹੀ ਨਹੀਂ ਹੈ ਕਿਉਂਕਿ ਜਿਹੜੇ ਸਾਡੇ ਧਰਮ ਦੇ ਆਗੂ ਆ ਜਾਂ ਸਾਡੇ ਜੱਜ ਸਾਹਿਬਾਨ ਉਹਨਾਂ ਨੂੰ ਕਿਹੜਾ ਥਰਮਾਮੀਟਰ ਆ ਕਿ ਜਿਹਦੇ ਪਾਣੀ ਚ ਕਾਰ ਪਾਇਆ ਉਹਨੂੰ ਥਰਮਾਮੀਟਰ ਲਾ ਕੇ ਦੱਸ ਦੇਣ ਕਿ ਇਹ ਦੂਰ ਦਾ ਸਿੱਖ ਹੈ ਜਾਂ ਦੂਰ ਦਾ ਭੇਖੀ ਹੈ ਸੋ ਇਹ ਫੈਸਲਾ ਸਹੀ ਨਹੀਂ ਹੈ ਅਤੇ ਜਦੋਂ ਅਸੀਂ ਇਹ ਹੱਕ ਉਹਨਾਂ ਨੂੰ ਦੇ ਦਿੰਦੇ ਹਾਂ ਉਹਦੇ ਵਿੱਚ ਅਸੀਂ ਕਸੂਰਵਾਰ ਆ ਕਿ ਗਰਾਊਂਡ ਲੈਵਲ ਦੇ ਸਿੱਖ ਹਾਂ ਕਿਉਂਕਿ ਅਸੀਂ ਇੱਕ ਤਾਂ ਉਹਨੂੰ ਚੜਾਵ ਦਿੰਦੇ ਹਾਂ ਅਤੇ ਇੱਕ ਅਸੀਂ ਉਹਨਾਂ ਨੂੰ ਵੋਟ ਦਿੰਦੇ ਹਾਂ ਅਤੇ ਚੀਜ਼ਾਂ ਅਸੀਂ ਇਹ ਵੀ ਹੱਕ ਦੇ ਦਿੰਦੇ ਕਿ ਹੁਣ ਤੁਸੀਂ ਡਿਸਾਈਡ ਕਰੋ ਕਿ ਸਾਡੇ ਦੋਨਾਂ 'ਚ ਸਿੱਖ ਕੌਣ ਕਿਉਂਕਿ ਸਾਡਾ ਵੱਖਰੀ ਮਾਨ ਇਸ ਕਰਕੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਡਿਸਾਈਡ ਕਰੋ ਕਿ ਸਾਡੇ ਤੋਂ ਸਿੱਖ ਕਿਹੜਾ ਹੈ ਅਤੇ ਫਿਰ ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਉਹ ਕਰਦੇ ਆ ਅੱਛਾ ਹੁਣ ਜਦੋਂ ਉਹਨਾਂ ਨੇ ਮੈਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜੇ ਮੈਂ ਕੱਲ੍ਹ ਨੂੰ ਦੁਸ਼ਮਣ ਦੇ ਘੇਰੇ ਚੱਲ ਜਾਂਦਾ ਦੁਸ਼ਮਣ ਨੂੰ ਘੇਰਾ ਪਾ ਲੈਂਦਾ ਤਾਂ ਕੀ ਮੈਂ ਉਮੀਦ ਰੱਖ ਸਕਦਾ ਕਿ ਉਹ ਮੇਰੇ ਵੀਰ ਜਿਹੜੇ ਥੋੜ੍ਹੇ ਜਿਹੇ ਟੁੱਕੇ ਨੰਗ ਚੁੱਕੇ ਆ ਉਹ ਮੇਰੀ ਮਦਦ ਲੈ ਆਉਣਗੇ ਨਹੀਂ ਆਉਣਗੇ ਕਦੀ ਨਹੀਂ ਆਉਣਗੇ ਇਹੀ ਕੁਛ ਹੀ ਹੋ ਰਿਹਾ ਅਸੀਂ ਕਿਉਂ ਨਹੀਂ ਕਿਸੇ ਦੀ ਮਦਦ ਕਹਿ ਲਗਾ ਇਹੀ ਰੀਜ਼ਨ ਹੈ ਕਿ ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਦਿੱਲੀ ਵਾਲੇ ਸਾਨੂੰ ਸਿੱਖ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਉਹ ਕਹਿੰਦੇ ਆ ਕਿ ਸਾਡਾ ਸਾਰੀ ਪ੍ਰੋਬਲਮ ਹੀ ਸਹੀ ਪੰਜਾਬ ਦੇ ਸਿੱਖਾਂ ਦੀ ਅਸੀਂ ਤਾਂ ਬੜੇ ਸੋਹਣੇ ਦੁਕਾਨਾਂ ਚਲਾਉਂਦੇ ਸੀ ਵੀ ਹੈਵ ਨੋ ਪ੍ਰੋਬਲਮ ਸੋ ਜਿੰਨਾ ਚਿਰ ਅਸੀਂ ਇੱਕ ਦੂਜੇ ਦੇ ਸਿੱਖ ਨੂੰ ਸਿੱਖ ਨਹੀਂ ਸਮਝਦੇ ਰਾਈਟ ਉਹਨਾਂ ਦੀ ਸਾਡੀ ਪ੍ਰੋਬਲਮ ਨਹੀਂ ਰਹਿਣੀ ਇਹਦੇ ਨਾਲ ਨਾਲ ਹੀ ਸਾਨੂੰ ਆਪਣੇ ਦੁਸ਼ਮਣ ਦੀ ਦਾਤ ਦੇਣੀ ਚਾਹੀਦੀ ਹੈ ਕਿ ਉਹ ਐਗਜੈਕਟਲੀ ਪਤਾ ਕਿ ਸਿੱਖ ਕੌਣ ਹੈ ਉਹ ਕਿੱਥੇ ਵਿਹਲਾ ਉਹਦੀ ਦੁਕਾਨ ਕਿੱਥੇ ਹੈ ਉਹਦੇ ਗੇਟ ਕਿੱਥੇ ਸਾਡੇ ਰੱਖ ਅਤੇ ਜਦੋਂ ਉਹ ਆਇਆ ਹੁੰਦਾ ਘਰ ਉਹਨੇ ਜਿਹਨੇ ਕੜਾ ਪਾਇਆ ਸੀਗਾ ਉਹਨੇ ਵੀ ਕਿਹਾ ਕਿ ਤੂੰ ਥੋੜ੍ਹਾ ਸਿੱਖਾਂ ਨੂੰ ਛੱਡ ਦਿੰਦਾ ਉਹਨੇ ਮੁੰਨੇ ਨੂੰ ਵੀ ਮਾਰਿਆ ਉਹਨੇ ਪੱਗ ਵਾਲੇ ਨੂੰ ਵੀ ਮਾਰਿਆ ਉਹਨੇ ਅੰਮ੍ਰਿਤਧਾਰੀ ਨੂੰ ਵੀ ਮਾਰਿਆ ਉਹਨੇ ਦੇਸ਼ ਦੇ ਫੌਜੀ ਨੂੰ ਵੀ ਮਾਰਿਆ ਉਹਨੇ ਉਸ ਤੁਰਕੀ ਦੇ ਬੱਚੇ ਨੂੰ ਵੀ ਮਾਰਿਆ ਜਿਹਨੇ ਧਰਮ ਤੋਂ ਮਾਰਨਾ ਸੀ ਪਰ ਉਹ ਆਪਣੇ ਉਹ ਸ਼ੋਰ ਆ ਕਿ ਇਹ ਜਿਹੜਾ ਬੱਚਾ ਵੱਡਾ ਹੋ ਕੇ ਸਿੱਖ ਬਣੋ ਤਾਂ ਹੁਣ ਤੁਸੀਂ ਇਸੇ ਸੋਚ ਨੂੰ ਆਪਣੇ ਭਰਾਵਾਂ ਦੀ ਸੋਚ ਨਾਲ ਕੰਪੇਅਰ ਕਰਕੇ ਦੇਖੋ ਕਿ ਜਿਹੜੇ ਕਾਨੂੰਨ ਦਾ ਸਹਾਰਾ ਲੈ ਕੇ ਸਾਡੇ ਦੇ ਕਾਨੂੰਨ ਥੋਪਦੇ ਆ ਕਾਨੂੰਨ ਪਾਸ ਕਰਨ ਵਾਲੇ ਤੁਸੀਂ ਸਿੱਖ ਨਹੀਂ ਹੈਗੇ ਉਹਨੂੰ ਪਤਾ ਹੈ ਕਿ ਇਹ ਬੰਦਾ ਸਿੱਖ ਬਣ ਸਕਦਾ ਜਾਂ ਅੱਗੇ ਵਧੂਗਾ ਪਰ ਜਿਹੜੇ ਸਾਡੇ ਲਾਲ ਦੇ ਜਿਹੜਾ ਮੇਰੇ ਤੱਕ ਕੋਸ਼ਿਸ਼ ਕਰਕੇ ਕਿਤੇ ਪਹੁੰਚਦਾ ਵੀ ਉਹਨੂੰ ਇੰਨਾ ਤੁਹਾਡੇ ਕਹਿਣਾ ਦੇ ਨੇ ਸੋਰੀ ਤੂੰ ਸਿੱਖ ਨਹੀਂ ਹੈਗਾ ਤੇ ਸਾਡਾ ਮਸਲਾ ਕੋਈ ਨਹੀਂ ਹੱਲ ਹੋ ਸਕਦਾ ਜਿੱਦਾਂ ਚਿਹਰੇ ਪ੍ਰੋਬਲਮ ਹੁਣ ਜੇ ਆਪਾਂ ਇਸ ਪਿੰਡ ਦੀ ਗੱਲ ਕਰੀਏ ਪਰ ਜਦੋਂ ਇਸ ਪਿੰਡ ਦੇ ਵਿੱਚ ਤੁਸੀਂ ਮੂੰਹ ਦੇਖਿਆ ਕਿ ਇਸ ਪਿੰਡ ਦੇ ਗੁਰੂ ਘਰ ਨਹੀਂ ਸੀਗਾ ਸਭ ਤੋਂ ਪਹਿਲੀ ਗੱਲ ਕਿ ਉਹ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕਿਸੇ ਦੀ ਵੀ ਪ੍ਰਫੇਅਰ ਨਹੀਂ ਕੀਤਾ ਸੀ ਨਾ ਕਿਸੇ ਪੋਲੀਟੀਕਲ ਲੀਡਰ ਨੇ ਨਾ ਕਿਸੇ ਧਾਰਮਿਕ ਲੀਡਰ ਨੇ ਤੇ ਨਾ ਹੀ ਉਹਨਾਂ ਦੇ ਬਜ਼ੁਰਗਾਂ ਨੇ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਪੰਜਾਬ ਦੇ ਆਪਾਂ ਇਹ ਵੀ ਸੁਣਿਆ ਕਿ ਉਹ ਲੋਕ ਜਦੋਂ ਕਹਿੰਦੇ ਕਿ ਹਮਲਾਵਰ ਆਇਆ ਅਸੀਂ ਡਰ ਗਏ ਅਸੀਂ ਅੰਦਰ ਵੜ ਗਏ ਅੰਦਰ ਵੜ ਕੇ ਚੁੰਡੇ ਲਾ
ਜੇ ਗੁਰਦੁਆਰਾ ਸਾਹਿਬ ਸੀਗਾ ਤੇ ਇਹ ਗੱਲ ਚੀਜ਼ ਸਪਸ਼ਟ ਹੁੰਦੀ ਹੈ ਕਿ ਉਹ ਜਿਹੜਾ ਉਹਨੂੰ ਮੈਸੇਜ ਮਿਲਣਾ ਚਾਹੀਦਾ ਸੀ ਜਿਹੜੀ ਉਹਨੂੰ ਸਿੱਖਿਆ ਗੁਰੂ ਕਰਕੇ ਮਿਲਣੀ ਚਾਹੀਦੀ ਸੀ ਉਸ ਤੋਂ ਵਾਂਝੇ ਸੀ ਉਹ ਸਿੱਖ ਦੇ ਆਸੋਂ ਵਾਂਝੇ ਸੀ ਗੁਰੂ ਦੇ ਆਸੋਂ ਵਾਂਝੇ ਸੀਗੇ ਤੇ ਜਿਹੜਾ ਉਹਨਾਂ ਦਾ ਗੁਰੂ ਸਾਹਿਬ ਦੇ ਨਾਲ ਰਿਸ਼ਤਾ ਬਣਨਾ ਚਾਹੀਦਾ ਸੀਗਾ ਉਸ ਲੈਵਲ ਦਾ ਉਹਨਾਂ ਦਾ ਰਿਸ਼ਤਾ ਬਣ ਨਹੀਂ ਸਕਿਆ ਜੇ ਉਹ ਬਣਿਆ ਹੁੰਦਾ ਤੇ ਉਹ ਇਹ ਨਾ ਕਹਿੰਦੇ ਕਿ ਅਸੀਂ ਕੁੰਡੇ ਲਾ ਕੇ ਕਰਵਾ ਰਹੇ ਤੇ ਉਹਨਾਂ ਨੂੰ ਇਹ ਪਤਾ ਹੋਣਾ ਇਸ ਚੀਜ਼ ਦਾ ਵਾਲਾ ਜਾਣਾ ਚਾਹੀਦਾ ਸੀਗਾ ਕਿ ਇੱਕ ਸਿੱਖ ਨੇ ਸਵਾ ਲੱਖ ਨੂੰ ਕਿਦਾਂ ਲੈਣਾ ਭਾਵੇਂ ਨਾ ਬਾਬਾ ਆ ਗਏ ਸੀ ਜਦੋਂ ਮੈਂ ਆਇਆ ਪਰ ਉਹਨੇ ਕਿਸੇ ਦਾ ਟਾਕਰਾ ਨਹੀਂ ਕੀਤਾ ਇਹੀ ਕੋਈ ਕਮਜ਼ੋਰੀ ਆ ਕੋਈ ਉਹਨਾਂ ਕਹਿੰਦੇ ਆ ਕਿ ਇਹੀ ਕਮਜ਼ੋਰੀ ਹੈਗੀ ਕਿ ਉਹ ਗੁਰੂ ਉਹ ਰਿਸ਼ਤਾ ਨਹੀਂ ਬਣਾ ਸਕੇ ਜਿਹੜੀ ਲੋੜ ਸੀ ਸਾਡੀ ਵੀ ਇਹੀ ਕਮਜ਼ੋਰੀ ਹੈ ਇਸੇ ਕਰਕੇ ਅਸੀਂ ਗਿਣਦੇ ਹਾਂ ਕਿ ਅੱਜ 25 ਸਾਲ ਹੋ ਗਏ ਜੀ ਅੱਜ 26 ਹੋ ਗਏ ਅੱਜ 27 ਹੋ ਗਿਣੀ ਜਾਓ ਜਾਂਦੇ ਮਾਰ ਜਿੰਨਾ ਚਿਰ ਅਸੀਂ ਆਪਣਾ ਉਸ ਲੈਵਲ ਦਾ ਰਿਸ਼ਤਾ ਗੁਰੂ ਦੇ ਨਾਲ ਨਹੀਂ ਬਣਾਉਂਦੇ ਜਿਹੜਾ ਬਣਾਉਣ ਦੀ ਲੋੜ ਆ ਤੇ ਸਾਡੇ ਮਸਲੇ ਕਦੇ ਵੀ ਹੱਲ ਹੋਣਗੇ ਫਿਰ ਅਸੀਂ ਉਹ ਮਸਲੇ ਜਿਹੜੇ ਆ ਸਾਡੇ ਵਿਚੋਲੇ ਆ ਧਾਰਮਿਕ ਲੀਡਰ ਆ ਅਸੀਂ ਉਹਨਾਂ ਤੋਂ ਹੱਲ ਕਰਾਉਣੇ ਚਾਹੁੰਦੇ ਹਾਂ ਉਹਦਾ ਇਹ ਇੱਕੋ ਹੀ ਆ ਕਿ ਸਾਡੇ ਜੋ ਵਕੀਲ ਆ ਮੈਂ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਵਿਚੋਲਾ ਜਿਹੜਾ ਧਾਰਮਿਕ ਲੀਡਰ ਆ ਉਹ ਮੇਰੇ ਪੱਖ ਦੀ ਗੱਲ ਕਰੇ ਉਹਨੇ ਨਹੀਂ ਕਰਨੀ ਨਾਮ ਨਹੀਂ ਕੀਤੀ ਆ ਜੇ ਕਰੂਗਾ ਵੀ ਕਰੂਗਾ ਤੁਹਾਡੀ ਵੋਟ ਲੈਣੀ ਜਾਂ ਕਮਾ ਲੈਣੀ ਬਸ ਉਹਦਾ ਇੰਨਾ ਹੀ ਮਕਸਦ ਆ ਸੋ ਜਿੰਨਾ ਚਿਰ ਅਸੀਂ ਆਪਣਾ ਇੱਕ ਸਿੱਖ ਨਾਲ ਦੂਜੇ ਸਿੱਖ ਨਾਲ ਵਖਰੇਵਾ ਨਹੀਂ ਖਤਮ ਕਰਦੇ ਸਾਡੀ ਕੋਈ ਵੀ ਪ੍ਰੋਬਲਮ ਖਤਮ ਨਹੀਂ ਹੋ ਸਕਦੀ ਹੁਣ ਜੇ ਆਪਾਂ ਇੱਥੇ ਆ ਜੀ ਆਪਾਂ ਚਲੋ ਠੀਕ ਆ ਵਧੀਆ ਮੁਲਕ ਚ ਰਹਿੰਦੇ ਹਾਂ ਪਰ ਜੇ ਇੱਥੇ ਵੀ ਇਹੋ ਜਿਹੇ ਹਾਲਾਤ ਬਣਦੇ ਆ ਫਿਊਚਰ ਦੇ ਵਿੱਚ ਤਾਂ ਕੀ ਆਪਾਂ ਪ੍ਰਪੇਅਰ ਹਾਂ ਕਿਸੇ ਵੀ ਪੱਖੋਂ ਸੋ ਵੈਰੀ ਸਿੰਪਲ ਤਰੀਕਾ ਹੈ ਤੁਸੀਂ ਟੈਸਟ ਪਾਸ ਕਰੋ ਸਰਟੀਫਿਕੇਟ ਤੁਹਾਨੂੰ ਮਿਲ ਜਾਂਦਾ ਹੈ ਲਾਇਸੈਂਸ ਮਿਲ ਜਾਂਦਾ ਹੈ ਤੁਸੀਂ ਧਿਆਨ ਵਿੱਚ ਨੂੰ ਕਰੇ ਰੱਖੋ ਜਦੋਂ ਸਾਡੇ ਕੋਲ ਪ੍ਰੋਗਰਾਮ ਕਰਦਾ ਹੈ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ ਪਰ ਇਹ ਜਿਹੜਾ ਸਲੂਸ਼ਨ ਹੈ ਟੈਂਪੋਰੇਰੀ ਸਲੂਸ਼ਨ ਹੈ ਪਰ ਜੇ ਅਸੀਂ ਗੁਰੂ ਸਾਹਿਬ ਕੋਲ ਆਈਏ ਗੁਰੂ ਸਾਹਿਬ ਨੂੰ ਪੁੱਛੀਏ ਕਿ ਸਾਨੂੰ ਕੀ ਕਰਨ ਦੀ ਲੋੜ ਆ ਤੇ ਗੁਰੂ ਸਾਹਿਬ ਸਾਨੂੰ ਐਗਜੈਕਟਲੀ ਦੱਸੂਗੇ ਕਿ ਤੁਹਾਨੂੰ ਕਰਨ ਦੀ ਕੀ ਲੋੜ ਆ ਉਹ ਸਾਡੇ ਵਿੱਚ ਵਿਚਰ ਕੇ ਸਾਡੇ ਸਾਰਿਆਂ ਵਿੱਚ ਵਿਚਰ ਕੇ ਉਹ ਫਿਰ ਸਾਡੇ ਤੋਂ ਸਹੀ ਫੈਸਲੇ ਕਰਾਉਗਾ ਤੇ ਸਾਨੂੰ ਪਤਾ ਹੋਊਗਾ ਕਿ ਅਸੀਂ ਕਿਹੜੇ ਸਮੇਂ ਵਿੱਚ ਕਿਹੜੀ ਗੱਲ ਕਰਨੀ ਹੈ ਸੋ ਅਸੀਂ ਆਪਣੇ ਨਾਲ ਆਪਣਾ ਆਪਣੇ ਲੈਵਲ ਦਾ ਆਪਣੇ ਗੁਰੂ ਸਾਹਿਬ ਦੇ ਨਾਲ ਰਿਸ਼ਤਾ ਬਣਾਈਏ ਜਿਸ ਲੈਵਲ ਦਾ ਵੀ ਸਾਨੂੰ ਫੜ ਜਿਸ ਲੈਵਲ ਦੀ ਸਾਨੂੰ ਸੋਝੀ ਮਿਲਦੀ ਹੈ ਉਹਦੇ 'ਤੇ ਅਸੀਂ ਐਕਸ਼ਨ ਕਰੀਏ ਜੇ ਅਸੀਂ ਕੋਈ ਐਕਸ਼ਨ ਨਹੀਂ ਕਰ ਸਕਦੇ ਤਾਂ ਇੱਕੋ ਹੀ ਤਰੀਕਾ ਹੈ ਕਿ ਸਾਡਾ ਗੁਰੂ ਸਾਹਿਬ ਨਾਲ ਨਹੀਂ ਰਿਸ਼ਤਾ ਬਣ ਸਕਿਆ ਸੋ ਜਦੋਂ ਬਣੂਗਾ ਚਾਹੇ ਅਸੀਂ ਅੱਜ ਬਣਾ ਲਈਏ ਚਾਹੇ ਅਸੀਂ ਕੱਲ੍ਹ ਬਣਾ ਲਈਏ ਜਦੋਂ ਬਣ ਜੂਗਾ ਉਦੋਂ ਸਾਨੂੰ ਐਗਜੈਕਟਲੀ ਪਤਾ ਲੱਗ ਜੂਗਾ ਕਿ ਅਸੀਂ ਕੀ ਕਰਨਾ ਹੈਗਾ ਅੱਜ ਘੱਟੋ ਘੱਟ ਟਾਈਮ ਵਿੱਚ ਇਹ ਪ੍ਰਣ ਕਰਕੇ ਜਾਈਏ ਕਿ ਹੋ ਜੋ ਮਰਜ਼ੀ ਆ ਤੁਸੀਂ ਆਪਾਂ ਸਾਰੇ ਸਿੱਖ ਹਾਂ ਪਰ ਘੱਟੋ ਘੱਟ ਅੱਜ ਇਹ ਗੱਲ ਕਹਿਣੀ ਛੱਡਦੀ ਹੈ ਕਿਸੇ ਨੂੰ ਕਿ ਤੂੰ ਸਿੱਖ ਨਹੀਂ ਗਾ ਜਾਂ ਤੇਰੇ ਵੱਲੋਂ ਮੈਂ ਬੈਟਰ ਸਿੱਖ ਹਾਂ ਜਿੰਨਾ ਚਿਰ ਇਹ ਪ੍ਰੋਬਲਮ ਰਹੂਗੀ ਤਾਂ ਤੁਸੀਂ ਕਦੇ ਵੀ ਨਹੀਂ ਕਹਿ ਸਕਦੇ ਕਿ ਮੈਂ ਤੁਹਾਡੀ ਮਦਦ ਤੇ ਆਊਂਗਾ ਜਾਂ ਤੁਸੀਂ ਮੇਰੀ ਮਦਦ ਤੇ ਆਓਗੇ ਦੈਟਸ ਵਾਟ ਹੈਪਨਿੰਗ ਸੋ ਇੰਨੀਆਂ ਵਿਚਾਰਾਂ ਦੇ ਨਾਲ ਚੁੱਪੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੀ ਮਟੂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ